ਦੀਪਕ ਜੀ, ਪਿਛਲੇ ਕਈ ਦਿਨਾਂ ਤੋਂ ਇਸ ਚੀਜ਼ ਦੀ ਘੁਸਰ ਫੁਸਰ ਚੱਲ ਰਹੀ ਆ, ਉਹਦੇ ਕੁਝ ਸੰਕੇਤਾਂ ਬਾਰੇ ਤੁਸੀਂ ਵੀ ਡਿਟੇਲ ਸਾਂਝੀਆਂ ਕਰਦੇ ਰਹੇ ਹੋ, ਪਰ ਕੀ ਪੰਜਾਬ ਸੀਐਮ ਹਾਊਸ ਦੀਆਂ ਚਾਬੀਆਂ ਕੇਜਰੀਵਾਲ ਦੇ ਹੱਥ ਲੱਗਣਗੀਆਂ ਹੁਣ? ਬਹੁਤ ਵੱਡਾ ਸਵਾਲ ਹੈ, ਕਿਉਂਕਿ ਪਹਿਲਾਂ ਵੀ ਦਿੱਲੀ ਨੇ ਕਾਫੀ ਹੱਦ ਤੱਕ ਸੀਐਮ ਹਾਊਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ, ਔਰ ਕਾਫੀ ਕੁਝ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਤੁਹਾਡੇ ਯਾਦ ਹੋਣਾ ਕਿਸੇ ਸਮੇਂ ਨੌਲੇਜ ਸ਼ੇਅਰਿੰਗ ਇੱਕ ਸਮਝੌਤਾ ਹੋਇਆ ਸੀ, ਨੌਲੇਜ ਸ਼ੇਅਰਿੰਗ ਸਮਝੌਤੇ ਦੀ ਆੜ ਚ ਤੈਅ ਹੋਇਆ ਸੀਗਾ ਕਿ ਵੀ ਪੰਜਾਬ ਦੇ ਮੰਤਰੀ, ਪੰਜਾਬ ਦੇ MLA ਉੱਥੇ ਜਾ ਕੇ ਇੱਥੇ ਵਾਲੇ ਕਾਗਜ਼ ਪੱਤਰ ਸਾਂਝੇ ਕਰ ਸਕਣਗੇ, ਅਫਸਰਾਂ ਨੂੰ ਬੁਲਾ ਕੇ ਉੱਥੇ ਗੱਲਬਾਤ ਹੋ ਸਕੇ ਤਾਂ ਕਿ ਇੱਕ ਦੂਜੀ ਨੌਲੇਜ ਸ਼ੇਅਰ, ਉਹ ਅਸਲ ਦੇ ਵਿੱਚ ਇਹੀ ਸੀਗਾ ਕਿ ਇੱਥੇ ਵਾਲੇ ਸਾਰੇ ਦਸਤਾਵੇਜ਼ ਸਾਡੀ ਨਜ਼ਰ ਚੋਂ ਨਿਕਲਣ। ਇਸ ਨੌਲੇਜ ਸ਼ੇਅਰਿੰਗ ਸਮਝੌਤੇ ਤੋਂ ਪਹਿਲਾਂ ਵੀ ਰਾਘਵ ਚੱਡਾ ਨੂੰ ਇੱਕ ਕਮੇਟੀ ਬਣਾ ਕੇ ਉਹਦਾ ਚੇਅਰਮੈਨ ਥਾਪਣ ਦੀ ਕੋਸ਼ਿਸ਼ ਹੋ ਗਈ ਸੀ ਕਿ ਲਓ ਜੀ ਇਹ ਸਾਰੀ ਪ੍ਰੋਸੈਸ ਏਦਾਂ ਚੱਲੂਗਾ, ਤੇ ਉਹਨੂੰ ਬੇਸ਼ੱਕ ਅਦਾਲਤ ਚੁਣੌਤੀ ਵੀ ਮਿਲੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਸ ਪਾਸੋਂ ਕਿਨਾਰਾ ਕਰ ਲਿਆ ਸੀ। ਤਦ ਖ਼ਬਰ ਇਹ ਵੀ ਆਈ ਸੀ ਕਿ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਭਗਵੰਤ ਮਾਨ ਔਰ ਰਾਘਵ ਚੱਡਾ ਤੂੰ ਤੂੰ ਮੈਂ ਵੀ ਹੋ ਗਿਆ, ਪਰ ਭਗਵੰਤ ਮਾਨ ਨੇ ਉਹ ਫਾਈਲ ਤੇ ਦਸਤਖਤ ਨਹੀਂ ਕੀਤੇ, ਸਹੀ ਨਹੀਂ ਪਾਈ, ਨਤੀਜਾ ਰਾਘਵ ਚੱਡਾ ਚੇਅਰਮੈਨ ਨਹੀਂ ਬਣ ਪਾਏ ਜੀ। ਪਰ ਦਿੱਲੀ ਦਾ ਕੰਟਰੋਲ ਇਸ ਕਦਰ ਬਾਹਰ ਆ ਗਿਆ ਸੀਗਾ ਕਿ ਸੈਕਟਰੀਏਟ ਚ ਉਹਨਾਂ ਦਾ ਨੁਮਾਇੰਦਾ ਬੈਠ ਗਿਆ, ਮੰਤਰੀਆਂ ਨਾਲ ਬੈਠ ਗਿਆ, ਪਰ ਤਾਂ ਵੀ ਸੀਐਮ ਹਾਊਸ ਦੇ ਵਿੱਚ ਲਗਭਗ ਮੁੱਖ ਮੰਤਰੀ ਦੇ ਆਪਣੇ ਚਹੇਤੇ ਨਾਲ ਸੀਗੇ, ਚਾਹੇ ਉਹ ਮਨਜੀਤ ਸਿੱਧੂ ਦੇ ਰੂਪ ਚ ਹੋਣ, ਚਾਹੇ ਉਹ ਓਂਕਾਰ ਸਿੰਘ ਦੇ ਰੂਪ ਚ ਹੋਣ, ਚਾਹੇ ਹੁਣ ਜਿਹੜਾ ਕੱਲ ਮੁੰਡਾ ਹਟਾਇਆ ਉਹਦੇ ਰੂਪ ਦੇ ਵਿੱਚ ਹੋਣ, ਹੈ ਨਾ, ਵਧਵਾ ਦੇ ਰੂਪ ਦੇ ਵਿੱਚ ਹੋਣ। ਸੋ ਇਸ ਤਰ੍ਹਾਂ ਇੱਕ ਲੰਬੀ ਸੂਚੀ ਸੀ, ਚਾਹੇ ਉਹ ਸੁਖਬੀਰ ਹੋਵੇ ਤੇ, ਹੈ ਨਾ, ਚਾਹੇ ਰਾਜਵੀਰ, ਸੋ ਕਿੰਨਿਆਂ ਦੇ ਹਵਾਲੇ ਨਾਲ ਖ਼ਬਰਾਂ ਸੀਗੀਆਂ। ਪਰ ਜਿੱਦਾਂ ਹੀ ਅਰਵਿੰਦ ਕੇਜਰੀਵਾਲ ਬਾਹਰ ਆਏ ਜੀ, ਉਹ ਤੋਂ ਬਾਅਦ ਮੁੱਖ ਮੰਤਰੀ ਨਾਲ ਵਿਵਹਾਰ, ਮੁੱਖ ਮੰਤਰੀ ਨੂੰ ਝਟਕਾ, ਮੁੱਖ ਮੰਤਰੀ ਨੂੰ ਦਿੱਲੀ ਵੱਲੋਂ ਇਗਨੋਰ, ਤੇ ਇੱਧਰ ਮੰਤਰੀਆਂ ਚ ਤਬਾਦਲਾ, ਤੇ ਤਬਾਦਲੇ ਵਾਲੇ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਬੈਠਕ, ਪੰਜਾਬ ਕੈਬਨਿਟ ਦੀ ਬੈਠਕ ਕੇਜਰੀਵਾਲ। ਆਪਾਂ ਉਸਦੇ ਦਿਨ ਗੱਲ ਕੀਤੀ ਸੀ ਕਿ ਇਹ ਤਾਂ ਕੰਮ ਹੋ ਗਿਆ ਜੀ, ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਗਏ, ਹਸਪਤਾਲ ਜੇਰੇ ਇਲਾਜ ਚਲੇ ਗਏ, ਤਦ ਇਹ ਪਹਿਲੂ ਉਭਰਿਆ ਕਿ ਲਓ ਜੀ ਹਟਾਉਣ ਦੀ ਤਿਆਰੀ ਹੈ। ਔਰ ਪੰਚਾਇਤੀ ਚੋਣਾਂ ਤੋਂ ਬਾਅਦ, ਮੈਂ ਅਜੇ ਵੀ ਕਹਿ ਰਿਹਾ ਕਿ ਮਾਮਲਾ ਗੰਭੀਰ ਹੈ, ਪੰਚਾਇਤੀ ਚੋਣਾਂ ਤੋਂ ਬਾਅਦ ਕੁਝ ਵੀ ਹੋ ਸਕਦਾ, ਪਰ ਇਸ ਪੰਚਾਇਤੀ ਚੋਣਾਂ ਦੇ ਤੱਕ ਜਾਣ ਤੋਂ ਪਹਿਲਾਂ ਹੀ ਜੀ ਕਿ ਦਿੱਲੀ ਨੇ ਕੰਟਰੋਲ ਕਰ ਲਿਆ, ਸੀਐਮ ਦਾ ਬੂਹਾ ਕਿਹਦੇ ਲਈ ਖੁੱਲੇਗਾ, ਕਿਹਦੇ ਲਈ ਨਹੀਂ ਖੁੱਲੇਗਾ। ਅੱਜ ਅਖਬਾਰਾਂ ਵਿਜੇ ਜੀ ਖਬਰ ਲਾ ਰਹੀਆਂ ਨੇ ਕਿ ਜਿਹੜਾ ਉਹਨਾਂ ਦਾ ਡਾਇਰੈਕਟਰ ਸੀ, ਕਮਿਊਨੀਕੇਸ਼ਨ ਡਾਇਰੈਕਟਰ ਸੀ ਬਦਵਾ, ਹੈ ਨਾ, ਉਹਨੇ ਅਸਤੀਫਾ ਦੇਤਾ, ਪਰ ਆਪਾਂ ਕੱਲੇ ਗੱਲ ਕੀਤੀ ਸੀ ਕਿ ਕੋਈ ਅਸਤੀਫਾ ਨਹੀਂ ਹੈ ਜੀ, ਉਸ ਨੂੰ ਹਟਾਇਆ ਗਿਆ ਤੇ ਗੇਟ ਤੋਂ ਉਹਦੀ ਐਂਟਰੀ ਤੱਕ ਬੈਨ ਕੀਤੀ ਗਈ, ਪਰ ਉਹ ਗੇਟ ਦਿੱਲੀ ਵਾਲਿਆਂ ਲਈ ਖੁੱਲ ਗਿਆ ਜੀ। ਪਤਾ ਲੱਗ ਰਿਹਾ ਜੀ ਜਿਹੜਾ ਮਤਲਬ ਕਿ ਸਵਾਤੀ ਮਾਲੀਵਾਲ ਵਾਲੇ ਮਾਮਲੇ ਦੇ ਵਿੱਚ, ਹੈ ਨਾ, ਇਹਨਾਂ ਦਾ OST ਕੇਜਰੀਵਾਲ ਦਾ ਘਿਰਿਆ ਸੀਗਾ, ਹੈ, ਉਸ ਨੂੰ ਚੰਡੀਗੜ੍ਹ ਲਿਆਉਣ ਦੀ ਤਿਆਰੀ ਹੋ ਗਈ ਹੈ, ਉਸ ਨੂੰ ਸੀਐਮ ਹਾਊਸ ਬਿਠਾਉਣ ਦੀ ਤਿਆਰੀ ਹੋ ਗਈ ਹੈ। ਇਹ ਚਰਚਾਵਾਂ ਦਿੱਲੀ ਦੇ ਗਲਿਆਰਿਆਂ ਤੋਂ ਲੈ ਕੇ ਪੰਜਾਬ ਦੇ ਸਕੱਤਰੇ ਤੱਕ ਸਾਹਮਣੇ ਆ ਰਹੀਆਂ ਨੇ ਕਿ ਵਿਭਵ ਕੁਮਾਰ, ਜਿਹਦੇ ਉੱਤੇ ਸਵਾਤੀ ਮਾਲੀਵਾਲ, ਆਮ ਆਦਮੀ ਪਾਰਟੀ, ਰਾਜ ਸਭਾ ਨੇ ਦੋਸ਼ ਲਾਇਆ ਸੀ ਕਿ ਮੇਰੇ ਨਾਲ ਬਸ ਸਲੂਕੀ ਕੀਤੀ ਸੀਐਮ ਹਾਊਸ 'ਚ, ਉਹਦੀ ਗ੍ਰਿਫਤਾਰੀ ਵੀ ਹੋਈ, ਉਹ ਥਾਣੇ ਕਚਹਿਰੀ ਜੇਲ੍ਹ ਵੀ ਧੱਕੇ ਖਾਇਆ ਆ, ਉਸ ਨੂੰ ਕਹਿੰਦੇ ਪੰਜਾਬ ਭੇਜਿਆ ਜਾ ਰਿਹਾ, ਤੇ ਆ ਜਿੰਨੇ ਹਟਾਏ ਨੇ ਉਹਨਾਂ ਸਾਰਿਆਂ ਦਾ ਕੰਮ ਕਾਰ ਦਾ ਇੰਚਾਰਜ ਹੁਣ ਉਹ ਹੋਊਗਾ, ਮਤਲਬ ਜੇ ਕੋਈ ਟੀਮ ਹੋਰ ਆਊਗੀ ਵੀ ਉਹਦੇ ਅੰਡਰ ਆਊਗੀ, ਇਹਦਾ ਮਤਲਬ ਮੁੱਖ ਮੰਤਰੀ ਦੀ ਮੀਟਿੰਗਾਂ 'ਚ ਉਹ ਬੈਠੂਗਾ, ਅਫਸਰ ਪਹਿਲਾਂ ਉਹਨੂੰ ਸਲਾਮ ਕਰਨਗੇ, ਉਹਨੂੰ ਕਾਗਜ਼ ਦੇਣਗੇ, ਉਹ ਸੀਐਮ ਕੋਲ ਲੈ ਕੇ ਜਾਊਗਾ, ਸੀਐਮ ਕੋਲ ਜਾਣ ਤੋਂ ਪਹਿਲਾਂ ਉਹ ਕਾਗਜ਼ ਦਿੱਲੀ ਜਾਇਆ ਕਰਨਗੇ, ਕੇਜਰੀਵਾਲ ਨੂੰ ਦਿਖਾਇਆ ਜਾਇਆ ਕਰਨਗੇ, ਨੌਲੇਜ ਸ਼ੇਅਰਿੰਗ ਵਿਵੇਕ ਕੁਮਾਰ ਤੇ ਕੇਜਰੀਵਾਲ ਵਿਚਾਲੇ ਹੋਊਗੀ ਹੁਣ।
ਸੋ ਇਸ ਲਈ ਇੱਕ ਪਹਿਲੂ ਹੈ। ਜੀ ਦੂਜਾ ਪਹਿਲੂ, ਮੁੱਖ ਮੰਤਰੀ ਸਾਹਿਬ ਦੇ ਨਾਂ ਦੇ ਉੱਤੇ 4-5 ਕੋਠੀਆਂ ਦਾ ਜਦੋਂ ਆਪਾਂ ਜ਼ਿਕਰ ਕਰਦੇ ਸੀ ਤਾਂ ਅਕਸਰ ਜ਼ਿਕਰ ਆਉਂਦਾ ਸੀ ਕਿ ਇੱਕ ਕੋਠੀ ਰਾਘਵ ਚੱਡਾ ਕੋਲ ਹੈ। ਰਾਘਵ ਚੱਡਾ ਦਾ ਵਿਆਹ ਹੋ ਗਿਆ, ਫਿਰ ਅੱਖਾਂ ਵਾਲਾ ਮਾਮਲਾ ਹੋ ਗਿਆ, ਵਿਦੇਸ਼ ਚਲੇ ਗਏ ਜੀ, ਉਹ ਕੋਠੀ ਬਰਾਂਚ ਜੀ ਹੋ ਗਈ ਸੀ, ਪਰ ਅਜੇ ਵੀ ਕੁੰਜੀਆਂ ਰਾਘਵ ਚੱਡਾ ਕੋਲੇ ਸੀਗੀਆਂ ਜੀ। ਤੇ ਹੁਣ ਉਸ ਕੋਠੀ ਦੇ ਬੂਹੇ ਖੁੱਲ ਗਏ ਨੇ, ਅਫਸਰਾਂ ਦੀਆਂ ਲਾਲ ਬੱਤੀਆਂ ਨੀਲੀ ਬੱਤੀਆਂ ਵਾਲੀਆਂ ਗੱਡੀਆਂ ਉੱਚੋਂ ਅੱਜ ਨਿਕਲਦੀਆਂ ਜਾਂਦੀਆਂ ਆਉਂਦੀਆਂ ਦੇਖੀਆਂ ਗਈਆਂ। ਰਾਘਵ ਚੱਡਾ ਜੀ ਉੱਥੇ ਮੁੜ ਕੇ ਆਪਣਾ ਤਾਜ ਡਾਉਣ ਜਾ ਰਹੇ ਨੇ ਕਿ ਮੁੜ ਕੇ ਉਹਨਾਂ ਨੂੰ ਚੇਅਰਮੈਨ ਲਾਇਆ ਜਾਊਗਾ ਜਾਂ ਬਿਨਾਂ ਚੇਅਰਮੈਨੀ ਤੋਂ, ਜਿਵੇਂ ਸੰਦੀਪ ਪਾਠਕ ਨੇ ਸਮੁੱਚੇ MLA ਤੇ ਕੰਟਰੋਲ ਕਰ ਲਿਆ, ਉਵੇਂ ਰਾਘਵ ਚੱਡਾ ਮੁੜ ਕੇ ਅਫਸਰਾਂ ਅਧਿਕਾਰੀਆਂ ਤੇ ਕੰਟਰੋਲ ਕਰਨ ਜਾ ਰਹੇ ਨੇ ਜੀ। ਕੀ ਮੁੱਖ ਮੰਤਰੀ ਨੇ ਕੋਈ ਸਮਝੌਤਾ ਕਰ ਲਿਆ ਦਿੱਲੀ ਨਾਲ, ਕੇਜਰੀਵਾਲ ਦੀ ਟੀਮ ਨਾਲ, ਕਿ ਮੈਨੂੰ ਹਟਾਓ ਨਾ, ਮੈਂ ਹਰਾ ਪੈਨ ਤੁਹਾਨੂੰ ਫੜਾ ਦੇਣਾ, ਦਸਤਖਤ ਤੁਸੀਂ ਕਰ ਲਿਆ ਕਰੋ। ਕੀ ਪੰਜਾਬ ਦੀ ਬਾਗਡੋਰ CM ਸਾਹਿਬ ਨੇ ਦਿੱਲੀ ਨੂੰ ਦੇਣੀ ਤੈਅ ਕਰ ਲਈ ਆ, ਜਾਂ ਦਿੱਲੀ ਧੱਕੇ ਨਾਲ ਖੋਣ ਨੂੰ ਫਿਰਦੀ ਆ, CM ਸਾਹਿਬ ਰਿਐਕਟ ਕਰਨਗੇ, ਇਹਦਾ ਇੰਤਜ਼ਾਰ ਕਰ ਰਿਹਾ ਪੰਜਾਬ। ਬਹੁਤ ਕੁਝ ਹੋਣ ਵਾਲਾ। ਹਰਿਆਣਾ ਚੋਣਾਂ ਦਾ ਅੱਜ 5 ਵਜੇ ਚੋਣ ਪ੍ਰਚਾਰ ਨਿਬੜਿਆ ਜੀ, ਤੇ ਸ਼ਾਮ ਦੇ 7 ਵਜੇ ਤੱਕ ਪੰਜਾਬ ਦੇ ਰਾਜਨੀਤਿਕ, ਸਿਆਸੀ ਔਰ ਪ੍ਰਸ਼ਾਸਨਿਕ ਤੇ ਮੀਡੀਆ ਦੇ ਗਲਿਆਰਿਆਂ 'ਚ ਇਹ ਚਰਚਾ ਜ਼ੋਰ ਫੜ ਗਈ ਕਿ ਵਿਭਵ ਕੁਮਾਰ ਤੋਂ ਲੈ ਕੇ ਰਾਘਵ ਚੱਡਾ ਤੱਕ ਪੰਜਾਬ ਆ ਰਹੇ ਨੇ, ਤੇ ਮੁੱਖ ਮੰਤਰੀ ਭਗਵੰਤ ਮਾਨ ਦੇ CM ਹਾਊਸ ਦੀਆਂ ਚਾਬੀਆਂ ਆਪਣੇ ਹੱਥ 'ਚ ਲੈਣ ਜਾ ਰਹੇ ਨੇ, ਮਤਲਬ ਕੰਟਰੋਲ ਪੂਰੀ ਤਰ੍ਹਾਂ ਉਹਨਾਂ ਦੇ ਹੱਥ 'ਚ ਹੋਣ ਜਾ ਰਿਹਾ। ਇਹ ਚਰਚਾਵਾਂ ਜ਼ੋਰ ਫੜ ਗਈਆਂ। ਅਜੇ ਤਾਂ ਹਰਿਆਣਾ ਦਾ ਚੋਣ ਪ੍ਰਚਾਰ ਬੰਦ ਹੋਇਆ, ਵੋਟਾਂ ਪੈਣੀਆਂ ਨੇ ਅਜੇ, ਉਹ ਤੋਂ ਬਾਅਦ ਕੇਜਰੀਵਾਲ ਵਿਹਲੇ ਹੀ ਵਿਹਲੇ ਨੇ, ਤੇ ਪੰਜਾਬ ਚੋਣਾਂ ਤੋਂ ਬਾਅਦ ਸਾਡੇ ਮੁੱਖ ਮੰਤਰੀ ਨੇ ਵਿਹਲੇ ਹੋਣਾ। ਸੋ ਇਸ ਲਈ ਇਹ ਕੜੀਆਂ ਬਹੁਤ ਅਹਿਮ ਨੇ। ਅੱਜ ਆਖਰੀ ਦਿਨ ਸੀ ਤਾਂ ਵੀ ਭਗਵੰਤ ਮਾਨ ਹਰਿਆਣੇ ਨਹੀਂ ਗਏ, ਆਪਣੇ ਪਿੰਡ ਗਏ ਨੇ। ਜਿਸ ਦਿਨ ਉੱਥੇ ਆਤਸ਼ੀ ਸਹੁੰ ਚੁੱਕ ਰਹੀ ਸੀ, ਉਸ ਦਿਨ ਰਵਾੜੀ 'ਚ ਮੇਰਾ ਖਿਆਲ ਰੋਡ ਸ਼ੋਅ ਕਰ ਰਹੇ ਸੀ, ਪਰ ਜਿੱਦਣ ਇਹਨਾਂ ਦੇ ਕੈਬਨਿਟ ਮੰਤਰੀਆਂ ਨੂੰ ਦਿੱਲੀ 'ਚ ਕੇਜਰੀਵਾਲ ਨੇ ਬੁਲਾਇਆ ਸੀ, ਉਦਣ ਬਠਿੰਡੇ 'ਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਰਹੇ ਸੀ। ਅੱਜ ਹਰਿਆਣਾ 'ਚ ਆਖਰੀ ਦਿਨ ਸੀ ਚੋਣ ਪ੍ਰਚਾਰ ਦਾ, ਮੁੱਖ ਮੰਤਰੀ ਸਾਹਿਬ ਪਿੰਡ ਸਤੋਜ ਦੇ ਵਿੱਚ ਪੰਚਾਇਤ ਬਣਾਉਣ 'ਚ ਜੁਟੇ ਸੀ। ਇਹਦਾ ਮਤਲਬ ਹਰਿਆਣੇ ਤੋਂ ਦੂਰੀ ਬਰਕਰਾਰ ਆ, ਕੇਜਰੀਵਾਲ ਤੋਂ ਦੂਰੀ ਬਰਕਰਾਰ ਆ, ਪਰ ਪੰਜਾਬ ਦਾ ਕੰਟਰੋਲ ਕੇਜਰੀਵਾਲ ਤੇ ਉਹਦੀ ਟੀਮ ਆਪਣੇ ਹੱਥ 'ਚ ਲੈਣ ਜਾ ਰਹੀ ਆ, ਜਿਹੜਾ ਪੰਜਾਬ ਬਰਦਾਸ਼ਤ ਨਹੀਂ ਕਰੂਗਾ। ਪਰ CM ਬਰਦਾਸ਼ਤ ਕਰਨਗੇ ਕਿ ਨਹੀਂ, ਕੈਬਨਿਟ ਬਰਦਾਸ਼ਤ ਕਰੂਗੇ ਕਿ ਨਹੀਂ, ਇਹਦਾ ਇੰਤਜ਼ਾਰ ਰਹੂਗਾ। ਦੀਪਕ ਜੀ, ਪਿਛਲੇ ਦਿਨਾਂ ਤੋਂ ਇਹ ਵੀ ਖਬਰ ਬੜੀ ਚਰਚਾ 'ਚ ਰਹੀ, ਇਹ ਤਾਂ ਹਫ਼ਤਾ ਹੀ ਹੋ ਚੱਲਿਆ ਹੁਣ ਜਦੋਂ ਤੁਸੀਂ ਲਾਸਟ ਟਾਈਮ ਇਹ ਦੱਸਿਆ ਸੀ ਕਿ ਸੁਨੀਲ ਜਾਖੜ ਨੇ ਜੀ ਅਸਤੀਫਾ ਦੇ ਦਿੱਤਾ, ਉਹ ਬੜੀਆਂ ਕਨਸੋਵਾਂ ਚੱਲ ਰਹੀਆਂ ਸੀ। ਫਿਰ ਉਸ ਤੋਂ ਬਾਅਦ ਉਸ ਅਸਤੀਫੇ ਵਾਲੀ ਗੱਲ ਨੂੰ ਰਿਫਿਊਟ ਵੀ ਕੀਤਾ ਗਿਆ, ਉਹਨਾਂ ਨੂੰ ਖਾਰਜ ਕੀਤਾ ਗਿਆ BJP ਵੱਲੋਂ। ਹੁਣ ਨਵੀਂ ਅਪਡੇਟ ਕੀ ਹੈ ਜੀ, ਵੀ ਅਸਤੀਫੇ ਦੇ ਨਾਲ ਨਾਲ ਖਰੀਆਂ ਖਰੀਆਂ ਸੁਣਾ ਕੇ ਵੀ ਆਏ ਸੀ ਕੁਝ ਇਹ ਭਾਜਪਾ ਨੂੰ ਸੁਨੀਲ ਜਾਖੜ? ਅੱਜ ਨਾ ਪੰਜਾਬ ਦੇ ਮੀਡੀਆ 'ਚ ਵਿਜੇ ਜੀ ਸਵੇਰ ਦੀ ਇਹ ਖਬਰ ਚੱਲ ਰਹੀ ਆ, ਮਤਲਬ ਸਵੇਰ ਦਾ ਭਾਵ ਸਵੇਰੇ ਤੜਕੇ 6 ਵਜੇ ਤੋਂ ਸ਼ੁਰੂ ਹੋ ਗਈ ਇਹ ਖਬਰ ਕਿ ਜੀ ਸਾਡੇ ਕੋਲ ਪੁਖਤਾ ਜਾਣਕਾਰੀ, ਸਾਡੇ ਕੋਲ ਸਬੂਤਾਂ ਤੇ ਆਧਾਰ ਤੇ ਜਾਣਕਾਰੀ, ਸਾਡੇ ਕੋਲ ਤੱਥ ਨੇ ਜੀ, ਸਾਡੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ। ਇਹ ਮੀਡੀਆ ਅੱਜ ਸੋਸ਼ਲ ਮੀਡੀਆ ਚੈਨਲ, TV ਸਭ ਚਲਾ ਰਹੇ ਨੇ ਜੀ ਕਿ ਖਰੀਆਂ ਸੁਣਾ ਕੇ ਆਏ ਜੀ, ਸਿੱਧੀਆਂ ਸੁਣਾ ਕੇ ਆਏ ਜੀ, ਮੋਦੀ ਨੂੰ ਨਸੀਹਤ ਦੇ ਆਏ ਜੀ। ਕੋਈ ਕਿਸੇ ਕੋਲ ਸਿੱਧੀ ਖਬਰ ਨਹੀਂ ਸੀ, ਖਬਰ ਦਿੱਲੀ ਦੇ ਵਿੱਚ ਇੰਗਲਿਸ਼ ਟ੍ਰਿਬਿਊਨ ਅਖਬਾਰ 'ਚ ਦਿੱਲੀ ਡੇਟਲਾਈਨ ਤੋਂ ਛਪੀ ਹੈ। ਉਸ ਖਬਰ ਦੇ ਆਧਾਰ ਤੇ ਸਾਰਾ ਮੀਡੀਆ ਅੱਜ ਦਿਨ ਦਾ ਗੁੱਗਾ ਗਾ ਰਿਹਾ। ਪਰ ਜਿਸ ਦਿਨ ਅੱਜ ਤੋਂ ਹਫ਼ਤਾ 15 ਦਿਨ ਪਹਿਲਾਂ ਤੁਸੀਂ ਅਸਤੀਫੇ ਦੀ ਗੱਲ ਕਰ ਰਹੇ ਹੋ, ਦਰਸ਼ਕਾਂ ਨੂੰ ਯਾਦ ਹੋਣਾ ਲੋਕ ਸਭਾ ਚੋਣਾਂ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਕਿ ਕਿਤੇ ਨਾ ਕਿਤੇ ਸੁਨੀਲ ਜਾਖੜ BJP ਤੋਂ ਦੂਰੀ ਬਣਾਉਣ ਜਾ ਰਹੇ ਨੇ, ਔਰ ਉਹਨਾਂ ਦੇ ਗਲਿਆਰਿਆਂ 'ਚ ਚਰਚਾ ਹੈ ਕਿ ਜੇ ਮੈਨੂੰ ਰਾਹੁਲ ਗਾਂਧੀ ਫੋਨ ਕਰ ਲਵੇ ਤਾਂ ਮੈਂ ਕਾਂਗਰਸ 'ਚ ਵਾਪਸ ਜਾ ਸਕਦਾ। ਆਪਾਂ ਅੱਜ ਤੋਂ 3 ਮਹੀਨੇ ਪਹਿਲਾਂ ਇਹ ਗੱਲ ਕੀਤੀ। ਜੀ 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 ਜੀ
ਤੇ ਉਸ ਚੀਜ਼ ਨੂੰ ਇਸ ਰੂਪ 'ਚ ਆਉਂਦਿਆਂ ਆਉਂਦਿਆਂ 3 ਮਹੀਨੇ ਲੱਗ ਗਏ। ਜੀ ਪਹਿਲਾਂ ਅਸਤੀਫੇ ਦੀ ਗੱਲ ਬਾਹਰ ਆਈ, ਫਿਰ ਅਸਤੀਫੇ ਦੀ ਗੱਲ ਵਾਲੇ ਦਿਨ ਗੱਲ ਕਰਦੇ ਆਪਾਂ ਇਹ ਵੀ ਦੱਸਿਆ ਸੀਗਾ ਕਿ ਸੁਨੀਲ ਜਾਖੜ ਹੋਰੀ ਮੋਦੀ ਔਰ ਅਮਿਤ ਸ਼ਾਹ ਨੂੰ ਮਿਲ ਕੇ ਵੀ ਆਏ ਨੇ, ਉਹਨਾਂ ਨੇ ਪੇਸ਼ਕਸ਼ ਸੀ ਉਹਨਾਂ ਨੂੰ ਕੀਤੀ ਅਸਤੀਫੇ ਦੀ। ਜੀ ਪਰ ਅੱਜ ਇੰਗਲਿਸ਼ ਟ੍ਰਿਬਿਊਨ ਅਖਬਾਰ ਦੇ ਵਿੱਚ ਦਿੱਲੀ ਡੇਟਲਾਈਨ ਤੋਂ ਇੱਕ ਖਬਰ ਪ੍ਰਕਾਸ਼ਿਤ ਹੁੰਦੀ ਹੈ ਕਿ ਇਕੱਲੇ ਮਿਲ ਕੇ ਨਹੀਂ ਆਏ ਸੀ ਉਸ ਸਮੇਂ ਮੋਦੀ ਅਮਿਤ ਸ਼ਾਹ ਨੂੰ, ਬਲਕਿ ਨਸੀਹਤਾਂ ਦੇ ਕੇ ਆਏ ਸੀ ਕਿ ਤੁਸੀਂ ਪੰਜਾਬ ਬਾਰੇ ਆਪਣਾ ਨਜ਼ਰੀਆ ਬਦਲੋ। ਔਰ ਜਿਸ ਦਿਨ ਹੁਣ 3 ਮਹੀਨਿਆਂ ਬਾਅਦ ਅਸਤੀਫੇ ਦੀ ਖਬਰ ਮੀਡੀਆ 'ਚ ਆਈ ਸੀ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ, ਔਰ ਅੱਜ ਜੇ ਇਹ ਖਬਰ ਪ੍ਰਕਾਸ਼ਿਤ ਹੋਈ ਹੈ ਅਖਬਾਰ ਦੇ ਵਿੱਚ, ਮੈਂ ਅੱਜ ਵੀ ਇਹ ਗੱਲ ਜ਼ੋਰ ਦੇ ਕੇ ਕਹਿ ਰਿਹਾ ਕਿ ਇਸ ਚੀਜ਼ ਨੂੰ ਮੀਡੀਆ 'ਚ ਸਾਹਮਣੇ ਵੀ ਸੁਨੀਲ ਜਾਖੜ 'ਚ ਉਹਨਾਂ ਦੀ ਟੀਮ ਏ ਲਿਆ ਰਹੀ ਆ। ਜੀ ਉਹੀ ਇਹ ਪੱਖ ਰੱਖ ਰਹੀ ਹੈ ਕਿ ਵੀ ਅਸੀਂ ਕਰ ਵੀ ਦਿੱਤਾ ਸਾਰਾ ਕੁਛ, ਪਰ ਕਿਤੇ ਚਰਚਾ ਹੀ ਨਹੀਂ, ਕਿਤੇ ਗੱਲੇ ਹੀ ਨਹੀਂ, ਜੀ ਕਿਸੇ ਦੇ ਧਿਆਨ 'ਚ ਨਹੀਂ। ਇਸ ਲਈ ਉਹ ਧਿਆਨ 'ਚ ਲਿਆਂਦਾ ਜਾ ਰਿਹਾ, ਉਹਨਾਂ ਦੀ ਟੀਮ ਐਕਟਿਵਲੀ ਇਹ ਕੰਮ ਕਰ ਰਹੀ ਆ। ਹਾਂ, ਕੋਈ ਦੋ ਰਾਏ ਨਹੀਂ ਕਿ ਸੁਨੀਲ ਜਾਖੜ ਜਿਸ ਤਸੀਰ ਦੇ ਲੀਡਰ ਜਾਣੇ ਜਾਂਦੇ ਨੇ, ਉਹ ਆਪਣੀ ਗੱਲ ਬੇਵਾਕੀ ਨਾਲ ਮੂੰਹ ਤੇ ਕਹਿਣ ਲਈ ਜਾਣੇ ਜਾਂਦੇ ਨੇ। ਮਤਲਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਉਹਨਾਂ ਨੂੰ ਮਿਲਣ ਜਾਂਦੇ ਨੇ, ਉਹਨਾਂ ਦੇ ਖਾਸ ਮੰਨੇ ਜਾਂਦੇ ਸੀ ਸੁਨੀਲ ਜਾਖੜ, ਤੇ ਉਹਨਾਂ ਨੂੰ ਬਾਹਰ ਵੇਟ ਕਰਾਇਆ ਜਾਂਦਾ, ਉਹ ਰੋਸੇ 'ਚ ਉੱਠ ਕੇ ਆ ਜਾਂਦੇ ਨੇ ਉੱਥੋਂ। ਇਸ ਤਰ੍ਹਾਂ ਨਾਰਾਜ਼ਗੀ ਪ੍ਰਗਟਾਉਣ ਵਾਲੇ ਲੀਡਰ ਨੇ ਸੁਨੀਲ ਜਾਖੜ, ਤੇ ਕਹਿੰਦੇ ਮੋਦੀ ਅਮਿਤ ਸ਼ਾਹ ਨੂੰ ਜਦੋਂ ਮਿਲੇ ਉਹਨਾਂ ਨੇ ਕਿਹਾ ਜੀ ਆਹ ਸੰਭਵ ਅਸਤੀਫਾ, ਕਿ ਜੇ ਤੁਹਾਨੂੰ ਮੇਰੀ ਲੋੜ ਨਹੀਂ ਤਾਂ ਫਿਰ ਕਿਸੇ ਹੋਰ ਨੂੰ ਲਾ ਲਓ ਜੀ, ਜੇ ਮੈਨੂੰ ਖੁੱਲ੍ਹਾ ਹੱਥ ਦੇਣਾ ਹੀ ਨਹੀਂ, ਮੈਨੂੰ ਖੁਦ ਮੁਖਤਿਆਰੀ ਦੇਣੀ ਨਹੀਂ। ਉਹ ਕਹਿੰਦੇ ਐਸੀ ਕਿਆ ਬਾਤ ਹੈ ਜਾਖੜ ਜੀ, ਆਪਕੋ ਤਾਂ ਹਮਨੇ ਰੋਕਿਆ ਹੀ ਨਹੀਂ। ਕਹਿੰਦੇ ਜੀ ਰੋਕਿਆ ਨਹੀਂ, ਫਿਰ ਪੁੱਛਿਆ ਵੀ ਕਾਹਦਾ ਜੀ ਮੈਨੂੰ? MP ਦੀਆਂ ਤੁਸੀਂ 13 ਦੀਆਂ 13 ਸੀਟਾਂ ਇਕੱਲੀਆਂ ਲੜੀਆਂ, ਮੈਨੂੰ ਤਾਂ ਤੁਸੀਂ ਇੱਕ ਵੀ ਉਮੀਦਵਾਰ ਪੁੱਛ ਕੇ ਨਹੀਂ ਦਿੱਤਾ। ਮੰਤਰੀ ਬਣਾਉਣ ਲੱਗਿਆਂ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ। ਤੇ ਇਹ ਗੱਲਾਂ ਦੇ ਨਾਲ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਤੇ ਸੁਨੀਲ ਜਾਖੜ ਨੇ ਕਹਿੰਦੇ ਉਂਗਲ ਧਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਨੂੰ ਸਿੱਠਣੀਆਂ ਦਿੱਤੀਆਂ। ਕਹਿੰਦੇ ਜੀ ਸੁਨੀਲ ਜਾਖੜ ਨੇ ਕਿਹਾ, ਇਹ ਮੈਂ ਉਸ ਖਬਰ ਦੇ ਹਵਾਲੇ ਨਾਲ ਗੱਲ ਕਰ ਰਿਹਾ, ਮੇਰੀ ਕੋਈ ਅੱਜ ਜਾਖੜ ਸਾਹਿਬ ਨਾਲ ਗੱਲ ਨਹੀਂ ਹੋਈ, ਜੀ ਜੀ ਜੀ, ਹੈ ਨਾ ਸੂਤਰਾਂ ਨਾਲ ਮੇਰੀ ਕਿਸੇ ਨਾਲ ਗੱਲ ਹੋਈ ਹੈ, ਇਹ ਉਸੇ ਅਖਬਾਰ ਦੇ ਆਧਾਰ ਤੇ ਗੱਲ ਕਰ ਰਿਹਾ। ਸੋ ਸੁਨੀਲ ਜਾਖੜ ਹੋਰਾਂ ਨੇ ਕਹਿੰਦੇ ਕਿ ਨਰਿੰਦਰ ਮੋਦੀ ਮੂਹਰੇ ਬਾਰੇ ਪੱਖ ਰੱਖਿਆ ਕਿ ਡੇਰਾ ਸਿਰਸਾ ਮੁਖੀ ਤੁਸੀਂ ਵਾਰ ਵਾਰ ਪੈਰੋਲ ਦਿੰਦੇ ਹੋ, ਤੇ ਕਹਿੰਦੇ ਉਸ ਪੈਰੋਲ ਦੇ ਆਧਾਰ ਤੇ, ਅੱਜ ਵਾਲੀ ਪੈਰੋਲ ਤੋਂ ਪਹਿਲਾਂ ਦੀਆਂ ਗੱਲਾਂ ਨੇ, ਮਤਲਬ ਜੀ ਜੀ ਜੀ, ਉਹ ਕਹਿੰਦੇ ਜੀ ਤੁਸੀਂ ਵਾਰ ਵਾਰ ਪੈਰੋਲ ਦਿੰਦੇ ਹੋ, ਇਹਦਾ ਅਸਰ ਪੰਜਾਬ ਤੇ ਦੋਹਰਾ ਜਾਂਦਾ ਜਨਾਬ। ਕਹਿੰਦੇ ਪੰਜਾਬ ਦੇ ਵਿੱਚ ਡੇਰੇ ਦਾ ਮਤਲਬ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਹੈ, ਤੇ ਡੇਰੇ ਦਾ ਮਤਲਬ ਗੁਰੂ ਸਾਹਿਬ ਦੇ ਸਮਾਗ ਰਚਨ ਦੇ ਵਿੱਚ ਕਿੰਨੀ ਠੇਸ ਪਹੁੰਚਦੀ ਹੋਊਗੀ ਪੰਜਾਬੀਆਂ ਨੂੰ, ਤੇ ਉੱਧਰ ਬੰਦੀ ਸਿੰਘਾਂ ਦੀ ਰਿਹਾਈ ਤੇ ਪੈਰੋਲ ਦੀਆਂ ਮੰਗਾਂ ਤੇ, ਇੱਧਰ ਇਹਨੂੰ ਵਾਰ ਵਾਰ ਪੈਰੋਲ ਕੀ ਅਸਰ ਜਾਂਦਾ ਹੋਊਗਾ? ਕਹਿੰਦੇ ਜੀ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਪੰਜਾਬ ਵੀ ਬੋਲਦੇ ਖਿੱਤਿਆਂ ਦੇ ਮਸਲੇ, ਤੁਹਾਡਾ ਸਟੈਂਡ ਕੀ ਹੈ ਜੀ, ਤੁਸੀਂ ਸਪਸ਼ਟ ਨਹੀਂ ਕਰਦੇ ਜੀ। ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਸਾਨੀ ਮਸਲਿਆਂ ਤੇ ਉਂਗਲ ਧਰੀ ਕੇ, ਕਿਸਾਨੀ ਪਹਿਲੂਆਂ ਤੇ ਤੁਸੀਂ ਉਵੇਂ ਸਮਝਦੇ ਹੀ ਨਹੀਂ ਗੇ, ਤੁਸੀਂ ਕਿਉਂ ਨਹੀਂ ਗੱਲ ਕਰਦੇ? ਸੋ ਕਹਿੰਦੇ ਮੁੱਖ ਮੁੱਖ ਮਤਲਬ ਪ੍ਰਧਾਨ ਮੰਤਰੀ ਨੂੰ ਔਰ ਗ੍ਰਹਿ ਮੰਤਰੀ ਨੂੰ ਸੁਨੀਲ ਜਾਖੜ ਨੇ ਇਸ ਗੱਲੋਂ ਵੀ ਚਿਤਾਇਆ ਕਿ ਤੁਸੀਂ ਮੰਤਰੀ ਲਾਉਣ ਲੱਗਿਆਂ ਵੀ ਸਾਨੂੰ ਨਹੀਂ ਪੁੱਛਿਆ, ਤੁਸੀਂ ਚੰਡੀਗੜ੍ਹ 'ਚ ਬੈਠ ਕੇ ਕਿਸਾਨਾਂ ਨਾਲ ਬੈਠਕ ਕੀਤੀ, ਪੰਜਾਬ ਦੇ ਮੁੱਖ ਮੰਤਰੀ ਨੂੰ ਬੁਲਾਇਆ, ਸਾਨੂੰ ਦੱਸਿਆ ਵੀ ਜੀ, ਤੁਹਾਡੇ ਮੰਤਰੀ ਆ ਕੇ ਮੀਟਿੰਗਾਂ ਕਰਕੇ ਸਾਨੂੰ ਤੁਸੀਂ ਵਿੱਚੇ, ਜੇ ਭਰੋਸੇ 'ਚ ਨਹੀਂ ਲੈਣਾ ਫਿਰ ਕਹਿੰਦੇ ਮੇਰੀ ਇਹੋ ਜਿਹੀ ਪ੍ਰਧਾਨਗੀ ਦਾ ਕੀ ਫਾਇਦਾ? ਕਹਿੰਦੇ ਮੈਂ ਤੁਹਾਡੀ ਪਾਰਟੀ ਨੂੰ 18% ਵੋਟ ਬੈਂਕ ਤੇ ਲੈ ਗਿਆ, ਇਕੱਲਿਆਂ ਲੜਾ ਕੇ ਤੀਜੇ ਨੰਬਰ ਦੀ ਪਾਰਟੀ ਬਣਾਤੀ, ਤੇ ਤੁਹਾਡੇ ਲੀਡਰ ਕਹੀ ਜਾਂਦੇ ਪਹਿਲਾਂ ਅਸੀਂ 1-2 ਸੀਟਾਂ ਦਾ ਜਿੱਤਦੇ ਸੀ ਜੀ, ਇੱਕ ਅੱਧਾ MP ਤਾਂ ਸਾਡਾ ਬਣਦਾ ਸੀ ਜੀ, ਜਾਖੜ ਜੀ ਤੋਂ ਬਾਅਦ ਕੋਈ ਨਹੀਂ ਬਣਿਆ, ਕਹਿੰਦਾ ਫਿਰ ਬਣਾ ਲਓ ਜੀ ਉਹਨਾਂ ਨੂੰ। ਤੇ ਕਹਿੰਦੇ ਉਹਨਾਂ ਨੇ ਬਿਠਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਵੈਸੇ ਤਾਂ ਇੰਨਾ ਹੀ ਜੇਰਾ ਬਹੁਤ ਹੈ ਕਿ ਬੰਦਾ, ਮੈਂ ਕਹਿੰਦਾ ਕਿ ਜਿਸ ਲਹਿਜੇ 'ਚ ਆਪਾਂ ਗੱਲ ਕਰਾਂਗਾ ਇਸ ਲਹਿਜੇ ਤਾਂ ਨਹੀਂ ਕੀਤੀ ਹੋਣੀ, ਕੀਤੀ ਤਾਂ ਨਿਮਰਤਾ ਨਾਲ ਸਾਦਗੀ ਨਾਲ ਹੋਣੀ ਜੀ, ਪਰ ਕਹਿਣ ਦਾ ਭਾਵ ਤਾਂ ਇਹੀ ਹੁੰਦਾ ਨਾ। ਸੋ ਬੜੇ ਬੰਦੇ ਨੂੰ ਚੁਟਕੀ ਵੀ ਮਾਰਨਾ ਚੁੰਡੀ ਵੱਢਣ ਤੋਂ ਬਰਾਬਰ ਹੀ ਹੁੰਦਾ, ਸੋ ਇਸ ਲਈ ਉਹ ਕੰਮ ਕਰਿਆ ਹੈ। ਪਰ
ਕਹਿੰਦੇ ਉੱਠਣ ਲੱਗੇ ਸ਼੍ਰੀ ਜਾਖੜ ਇੱਕ ਗੱਲ ਹੋਰ ਕਹਿ ਕੇ ਆਏ ਕਿ ਜਨਾਬ ਮੇਰੇ ਤੋਂ ਬਾਅਦ ਜਿਹਨੂੰ ਵੀ ਪ੍ਰਧਾਨ ਬਣਾਓਗੇ ਨਾ ਘੱਟੋ ਘੱਟ ਉਹਨੂੰ ਕੁਝ ਅਧਿਕਾਰ ਦੇ ਦਿਓ, ਕੁਝ ਖੁਦਮੁਖਤਿਆਰੀ ਦੇ ਦਿਓ। ਸੋ ਇਸ ਗੱਲ ਤੋਂ ਬਾਅਦ ਹੁਣ ਇਹ ਚਰਚਾ ਹੈ ਕਿ ਹੁਣ ਜਾਖੜ ਹੋਰਾਂ ਦਾ ਅਗਲਾ ਸਟੈਂਡ ਕੀ ਹੋਊਗਾ, ਜੀ ਕਿ ਉਹ ਰਾਜਨੀਤੀ ਤੋਂ ਬੇਮੁੱਖ ਹੋਣ ਜਾ ਰਹੇ ਨੇ, ਕਿ ਉਹਨਾਂ ਨੂੰ ਲੱਗਦਾ ਕਿ ਹੁਣ ਜੋ ਕਰਨਾ ਭਾਜਪਾ ਕਰ ਲਵੇ, ਈਡੀ ਭੇਜਣੀ ਆ ਭੇਜ ਲਵੇ, ਸੀਬੀਆਈ ਭੇਜਣੀ ਆ ਭੇਜ ਲਵੇ, ਆਪਾਂ ਤਾਂ ਆਪਣਾ ਕੰਮ ਕਰਤਾ, ਜਾਂ ਇਹਨਾਂ ਮੁੱਦਿਆਂ ਨੂੰ ਜਿਹਨਾਂ ਨੂੰ ਉਭਾਰ ਕੇ ਆਏ ਨੇ ਉਹਨਾਂ ਲਈ ਲੜਦੇ ਵੀ ਨਜ਼ਰ ਆਉਣਗੇ, ਕਿਤੇ ਖੜਦੇ ਵੀ ਨਜ਼ਰ ਆਉਣਗੇ, ਜਾਂ ਸਿਰਫ ਇਹ ਪਾਲਾ ਬਦਲਣ ਲਈ ਆ ਉਹਨਾਂ ਦਾ ਸਟੈਂਡ। ਜੀ ਪਰ ਫਿਲਹਾਲ ਸਭ ਦੀ ਨਜ਼ਰ ਸੁਨੀਲ ਜਾਖੜ ਤੇ ਆ ਤੇ ਇੰਤਜ਼ਾਰ ਹੈ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਕੀ ਫੈਸਲਾ ਹੁੰਦਾ। ਅਜੇ ਤੱਕ ਬੋਲ ਨਹੀਂ ਬੋਲਿਆ ਬੀਜੇਪੀ ਨੇ ਇਸ ਮਸਲੇ ਤੇ, ਹਾਮੀ ਨਹੀਂ ਭਰੀ ਕਿ ਮਨਜ਼ੂਰ ਕਰ ਰਹੇ ਹਾਂ ਜਾਂ ਹਟਾ ਰਹੇ ਹਾਂ, ਪਰ ਸੁਨੀਲ ਜਾਖੜ ਦੀਆਂ ਇਹ ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਉਹਨਾਂ ਦੀ ਟੀਮ ਵੱਲੋਂ ਹੀ ਨਸਰ ਕੀਤੀਆਂ ਜਾ ਰਹੀਆਂ, ਪਰ ਲੋਕਾਂ ਦੇ ਮਨੋਂ ਲੱਗਦੀਆਂ ਕਿ ਇੱਦਾਂ ਹੋਇਆ ਹੋਊਗਾ ਜਾਂ ਅਖਰ ਉਹਨੇ ਇੱਦਾਂ ਕੀਤਾ ਹੋਊਗਾ। ਜੀ ਦੀਪਕ ਜੀ, ਹਰਿਆਣਾ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਚੋਣ ਮੁਹਿੰਮ ਦਾ ਅੱਜ ਆਖਰੀ ਦਿਨ ਸੀਗਾ, ਕੈਂਪੇਨ ਹੁਣ ਖਤਮ ਹੋ ਗਈ ਆ, ਅਤੇ ਉੱਧਰ ਵਾਲੇ ਪਾਸੇ ਮੈਦਾਨ ਪਹਿਲਾਂ ਹੀ ਛੱਡ ਕੇ ਮੋਦੀ ਅਤੇ ਅਮਿਤ ਸ਼ਾਹ ਤੁਰ ਗਏ, ਕੀ ਬਣਿਆ ਜੀ ਉੱਥੇ? ਦੇਖੋ ਆਪਾਂ ਗੱਲੇ ਕਰ ਰਹੇ ਹਾਂ ਕਿ ਸਾਡੇ ਵਾਲੇ ਤਾਂ ਗਏ ਹੋ ਨਹੀਂ ਗਏ ਹੁਣ ਮੁੱਖ ਮੰਤਰੀ ਸਾਹਿਬ ਤਾਂ, ਜੀ ਉਹਨਾਂ ਰੁੱਖੇ ਨਹੀਂ ਕੀਤਾ ਜੀ, ਹੈ ਨਾ, ਤੇ ਮੁਕਾਬਲਾ ਮੁੱਖ ਤੌਰ ਦੇ ਉੱਤੇ ਭਾਜਪਾ ਤੇ ਉੱਥੇ ਕਾਂਗਰਸ ਦੇ ਵਿਚਾਲੇ ਹੀ ਆ। ਮਤਲਬ ਜੋ ਮਾਹਿਰਾਂ ਦੀ ਰਾਏ ਹੈ, ਮੈਂ ਉਹਦੇ ਹਵਾਲੇ ਜੇਕਰ ਗੱਲ ਕਰਾਂ, ਕਹਿੰਦੇ ਵੀ ਕਿ ਜਜਪਾ ਤੇ ਆਮ ਆਦਮੀ ਪਾਰਟੀ ਨੂੰ ਤਾਂ ਉੱਥੇ ਕੁਛ ਲੱਭਦਾ ਨਜ਼ਰ ਨਹੀਂ ਆਉਂਦਾ, ਹੈ ਨਾ। ਹੋ ਸਕਦਾ ਕਿ ਜਿਹੜੀ ਐਨਐਲਓ ਹੈ ਉਹਦੀ ਜੀਰੋ ਜੀਰੋ ਟੁੱਟ ਜਾਵੇ ਮਾੜੀ ਮੋਟੀ, ਪਰ ਮੁੱਖ ਮੁਕਾਬਲਾ ਕਹਿੰਦੇ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਹੀ ਹੈ। ਪਰ ਜਿਹੜੀ ਭਾਜਪਾ ਕਹਿੰਦੀ ਅਸੀਂ ਆਖਰੀ ਦਮ ਤੱਕ ਲੜਦੇ ਹਾਂ, ਸਾਡਾ ਪੰਨਾ ਪ੍ਰਧਾਨ ਤੱਕ ਲੜਦਾ, ਉਹਨਾਂ ਦੇ ਮੁੱਖ ਲੀਡਰ ਇੱਕ ਦਿਨ ਪਹਿਲਾਂ ਹੀ ਮੈਦਾਨ ਛੱਡ ਗਏ। ਅੱਜ ਆਖਰੀ ਦਿਨ ਸੀ, 5 ਵਜੇ ਤੱਕ ਚੋਣ ਪ੍ਰਚਾਰ ਸੀ, ਪਰ ਕੱਲ ਹੀ ਮੋਦੀ ਤੇ ਅਮਿਤ ਸ਼ਾਹ ਤੇ ਉਹਨਾਂ ਦੀ ਟੀਮ ਨੇ ਹਰਿਆਣਾ ਖਾਲੀ ਕਰਤਾ। ਸੋ ਇਹਦਾ ਕੀ ਭਾਵ ਆ? ਬੇਸ਼ੱਕ ਸਭ ਤੋਂ ਵੱਧ ਰੈਲੀਆਂ ਭਾਜਪਾ ਦੇ ਬੜੇ ਲੀਡਰਾਂ ਨੇ ਕੀਤੀਆਂ, 150 ਦੇ ਕਰੀਬ ਰੈਲੀਆਂ ਨੇ, ਜਿਹ ਚੋਂ 8-10 ਰੈਲੀਆਂ ਮੋਦੀ ਅਮਿਤ ਸ਼ਾਹ ਹੀ ਕਰ ਗਏ, ਹੈ ਨਾ। ਤੇ ਇੱਧਰ ਰਾਹੁਲ ਤੇ ਪ੍ਰਿਅੰਕਾ ਨੇ ਵੀ 4-4 ਰੈਲੀਆਂ, 2-2-3-3 ਰੋਡ ਸ਼ੋਅ ਕੀਤੇ ਨੇ, ਹੈ ਨਾ, ਦੋਵੇਂ ਧਿਰਾਂ ਨੇ। ਪਰ ਇੰਜ ਪਹਿਲਾਂ ਹੀ ਮੈਦਾਨ ਚੋਂ ਹਟ ਜਾਣਾ ਕਾਫ਼ੀ ਕੁਛ ਸੰਕੇਤ ਕਰਦਾ। ਤੇ ਉੱਧਰ ਕੁਮਾਰੀ ਸ਼ੈਲਜਾ, ਸੋਨੀਆ ਗਾਂਧੀ ਦੀ ਗੱਡੀ 'ਚ ਅੱਜ ਦੇਖੀ ਗਈ, ਅਸ਼ੋਕ ਤੰਵਰ ਜਦੋਂ ਵਾਪਸ ਆਏ, ਪਹਿਲਾਂ ਪ੍ਰਧਾਨ ਰਹੇ ਨੇ ਕਾਂਗਰਸ ਦੇ, ਮੈਂਬਰ ਪਾਰਲੀਮੈਂਟ ਰਹੇ ਨੇ, ਭਾਜਪਾ 'ਚ ਚਲੇ ਗਏ ਸੀ, ਚੋਣ ਵੀ ਲੜੀ, ਹਾਰ ਵੀ ਗਏ ਸੀ, ਹੈ ਨਾ। ਸੋ ਹੁਣ ਇੱਧਰ ਆਏ ਨੇ ਜਦੋਂ, ਤਾਂ ਅੱਜ ਜਦੋਂ ਸ਼ਾਮਿਲ ਹੋ ਰਹੇ ਸੀ ਰਾਹੁਲ ਗਾਂਧੀ ਦੀ ਹਾਜ਼ਰੀ 'ਚ, ਤਾਂ ਭੁਪਿੰਦਰ ਸਿੰਘ ਹੁੱਡਾ ਦਾ ਮੂੰਹ ਫੁੱਲਦਾ ਵੀ ਨਜ਼ਰ ਆ ਰਿਹਾ ਸੀ। ਸੋ ਇਸ ਲਈ ਠੀਕ ਕਿਸੇ ਪਾਸੇ ਕੁਛ ਨਹੀਂ ਗਾ, ਪਰ ਅੱਜ ਚੋਣ ਪ੍ਰਚਾਰ ਮੁੱਕ ਗਿਆ ਜੀ। 90 ਸੀਟਾਂ ਤੇ 5 ਤਰੀਕ ਨੂੰ ਹਰਿਆਣਾ 'ਚ ਵੋਟਾਂ ਨੇ, ਤੇ ਦੇਖਦੇ ਹਾਂ ਜੀ ਹਰਿਆਣੇ ਦੇ ਵੋਟਰ ਕੀ ਫੈਸਲਾ ਕਰਦੇ ਨੇ, ਪਰ ਚਰਚਾਵਾਂ ਨੇ ਕਿ ਭਾਜਪਾ ਨੇ ਮੈਦਾਨ ਲਗਭਗ ਛੱਡ ਦਿੱਤਾ। ਦੀਪਕ ਜੀ, ਅੱਛਾ ਇਹ ਦੱਸਿਓ, ਜਿਹੜਾ ਡੇਰਾ ਸਿਰਸਾ ਮੁਖੀ ਪਰੋਲ ਤੇ ਤੁਸੀਂ ਕੱਲ੍ਹ ਦੱਸਿਆ ਸੀ 11ਵੀਂ ਵਾਰ ਹੁਣ ਭੇਜਤਾ, ਹੈ ਨਾ, ਸਮੇਂ ਸਮੇਂ ਸਿਰ ਪਰੋਲ ਮਿਲਦੀ ਰਹਿੰਦੀ ਹੈ, ਜਦੋਂ ਚੋਣਾਂ ਹੁੰਦੀਆਂ ਉਦੋਂ ਡੇਰਾ ਮੁਖੀ ਦੀ ਪਰੋਲ ਵਾਲਾ ਜਿਹੜਾ ਹਿਸਾਬ ਕਿਤਾਬ ਆ ਉਹ ਸਿੱਧਾ ਪੈਣਾ ਸ਼ੁਰੂ ਹੋ ਜਾਂਦਾ। ਡੇਰਾ ਸਿਰਸਾ ਮੁਖੀ ਦੀ ਨਾਮ ਚਰਚਾ ਪ੍ਰੇਮੀਆਂ ਨੂੰ ਉਹਨਾਂ ਨੇ ਫਰਮਾਨ ਮੰਨ ਕੇ ਸੁਣਿਆ, ਇਹ ਪਹਿਲਾਂ ਵੀ ਹੁੰਦਾ ਰਿਹਾ, ਇਹ ਤੁਸੀਂ ਪਹਿਲਾਂ ਵੀ ਇੱਕ ਦਿਨ ਗੱਲ ਮੇਰੇ ਖਿਆਲ ਸਾਂਝੀ ਕੀਤੀ ਸੀ ਵੀ ਉਹ ਨਾਮ ਚਰਚਾ ਦੇ ਵਿੱਚ ਉਹ ਕਿੱਦਾਂ ਸਿਆਸੀ ਰੰਗਤ ਵੀ ਉਹਨੂੰ ਦੇ ਗਏ ਸੀ। ਸੋ ਕੀ ਚੱਲ ਰਿਹਾ ਜੀ? ਆਪਾਂ ਇਕੱਲੇ ਕੱਲ ਹੀ ਇਕੱਲੇ ਗੱਲ ਕਰ ਰਹੇ ਸੀ ਕਿ ਨਾਮ ਚਰਚਾ ਜਾਂ ਵੋਟ ਚਰਚਾ। ਹਾਂ ਜੀ 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 ਬਿਲਕੁਲ ਬਿਲਕੁਲ, ਯੈਸ। ਸੋ ਅੱਜ ਉਹ ਨਾਮ ਚਰਚਾ ਹੋ ਗਈ ਜਨਾਬ। ਹਰਿਆਣਾ ਦੇ ਹਰ ਬਲਾਕ ਦੇ ਵਿੱਚ ਅੱਜ ਨਾਮ ਚਰਚਾ ਸੀ। ਨਾਮ ਚਰਚਾ 'ਚ 2 ਘੰਟੇ ਉਹ ਪੁਰਾਣੀਆਂ ਕੈਸਟਾਂ ਹੁੰਦੀਆਂ, ਪੁਰਾਣੀਆਂ ਵੀਡੀਓ ਹੁੰਦੀਆਂ, ਪ੍ਰਵਚਨ ਹੁੰਦੇ ਨੇ, ਹੈ ਨਾ, ਉਹ ਗੀਤ ਸੰਗੀਤ ਸਾਰਾ ਕੁਛ ਹੁੰਦਾ, ਉਹ ਚੱਲਿਆ। ਅਖੀਰਲੇ 1.5 ਘੰਟੇ ਦੇ ਵਿੱਚ ਕਹਿੰਦੇ ਕਿ ਡੇਰਾ ਸਿਰਸਾ ਮੁਖੀ ਦਾ ਸੰਦੇਸ਼ ਸੁਣਾਇਆ ਜਾਣਾ ਸੀ, ਉਹ ਵੀਡੀਓ ਰੂਪ 'ਚ ਸੀ ਜਾਂ ਆਡੀਓ ਰੂਪ 'ਚ, ਇਹਦੇ ਬਾਰੇ ਕੁਛ ਕਹਿਣਾ ਜਲਦਬਾਜ਼ੀ ਹੋਊਗੀ, ਕਿਉਂਕਿ ਔਨਲਾਈਨ ਆਉਣ ਦੀ ਉਹਨਾਂ ਨੂੰ ਹਦਾਇਤ ਨਹੀਂ ਸੀ, ਇਸ ਲਈ ਹਰ ਬਲੌਕ ਤੱਕ ਉਹ ਸੁਨੇਹਾ ਪਹੁੰਚਾਉਣਾ ਬਹੁਤ ਜ਼ਰੂਰੀ ਸੀ।
ਵਿਜੇ ਜੀ ਕਹਿੰਦੇ ਕਿ ਉਸ ਦੇ ਵਿੱਚ ਸੁਨੇਹਾ ਦਿੱਤਾ ਗਿਆ ਕਿ ਤੁਸੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਜੀ ਔਰ ਆਪਣੀ ਸਵੈ ਇੱਛਾ ਨਾਲ ਤੁਸੀਂ ਫੈਸਲਾ ਕਰੋ, ਉਮੀਦਵਾਰ ਦਾ ਪੱਖ ਦੇਖ ਕੇ ਉਸਨੂੰ ਦੇਖ ਕੇ ਵੋਟ ਪਾਓ। ਤੇ ਇਸ ਨਾਮ ਚਰਚਾ ਦੇ ਵਿੱਚ ਜਿੰਨੇ ਪ੍ਰੇਮੀਆਂ ਨੂੰ ਸੱਦਾ ਸੀਗਾ, ਜਿੰਨੇ ਪ੍ਰੇਮੀ ਸ਼ਾਮਿਲ ਹੋਏ ਨੇ ਹਰ ਬਲਾਕ ਪੱਧਰ ਤੇ ਹਰਿਆਣਾ ਦੇ ਵਿੱਚ, ਉਹਨਾਂ ਦੀ 3 ਪੜਾਅ ਤੇ ਚੈਕਿੰਗ ਹੋਈ ਆ। ਅੰਦਰ ਮੋਬਾਈਲ ਲਿਜਾਣ ਦੀ ਇਜਾਜ਼ਤ ਨਹੀਂ ਸੀ ਜੀ, ਮਤਲਬ ਕੋਈ ਰਿਕਾਰਡਿੰਗ ਨਾ ਕਰ ਲਵੇ, ਕੋਈ ਦਿਖਾ ਨਾ ਦੇਵੇ, ਇਸ ਦੇ ਉੱਤੇ ਬਹੁਤ ਕੜੀ ਨਜ਼ਰ ਸੀ। ਔਰ ਸਾਰੀ ਨਾਮ ਚਰਚਾ ਨੂੰ ਸਮੇਟਦਿਆਂ ਕਹਿੰਦੇ ਜੀ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣੇ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਕਿ ਵੋਟ ਪਾਉਣ ਲੱਗਿਆਂ ਆਪਣੇ ਮਨ ਕੀ ਸੁਣਨਾ। ਹੁਣ ਕੀ ਇਹ ਕੋਡ ਵਰਡ ਸੀਗਾ ਮਨ ਕੀ ਬਾਤ? ਜੀ ਇਹ ਮਨ ਕੀ ਸੁਣਨਾ ਕੀ ਕੰਮ ਕਰ ਗਿਆ ਕਿ ਬੀਜੇਪੀ ਨੇ ਆਪਣਾ ਜਿਸ ਕੰਮ ਲਈ ਡੇਰਾ ਸਿਰਸਾ ਮੁਖੀ ਨੂੰ ਪਰੋਲ ਦਵਾਈ ਆ ਉਹ ਕੰਮ ਹੋ ਗਿਆ। ਚੋਣ ਕਮਿਸ਼ਨ ਦਾ ਵੀ ਪੱਖ ਰਹਿ ਗਿਆ ਕਿ ਮੈਂ ਤਾਂ ਇਹ ਕਿਹਾ ਜੀ ਆਪਣੇ ਮਨ ਦੀ ਸੁਣ ਕੇ ਕਰਿਓ ਜੀ ਜੋ ਕਰਨਾ, ਮਨ ਦੀ ਮੌਜ ਹੈ ਜੀ, ਤੁਸੀਂ ਜਿਹਨੂੰ ਵੋਟ ਪਾਉਣੀ ਹੈ, ਸੰਤਾਂ ਦੇ ਤਾਂ ਇਹ ਫਰਮਾਨ ਨੇ ਜੀ, ਹੁਣ ਐਂ ਕਹਿ ਕੇ ਬਚ ਜਾਣ ਚਾਹੇ ਚੋਣ ਕਮਿਸ਼ਨ ਮੂਹਰੇ। ਪਰ ਸਭ ਨੂੰ ਪਤਾ ਹੈ ਕਿ ਇਹ ਰਾਜਨੀਤਿਕ ਨਾਮ ਚਰਚਾ ਤੇ ਰਾਜਨੀਤਿਕ ਪੈਰੋਲ ਹੈ, ਉਹਦੇ ਵਿੱਚੋਂ ਅੱਜ ਸੁਨੇਹਾ ਚਲਾ ਗਿਆ, ਉਹਦੇ ਨਾਲ ਕਿੰਨਾ ਕੁ ਬੀਜੇਪੀ ਨੂੰ ਸਾਹ ਮਿਲਦਾ ਇਹ ਆਪਾਂ 8 ਤਰੀਕ ਨੂੰ ਗੱਲ ਕਰਾਂਗੇ ਜਨਾਬ ਜੀ। ਦੀਪਕ ਜੀ ਇਹ ਦੱਸਿਓ, ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੀ ਹੋਣਗੀਆਂ, ਮਤਲਬ ਅਜੇ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਡਾਊਟ ਸੀ ਵੀ 15 ਨੂੰ ਸ਼ਾਇਦ ਚੋਣਾਂ ਨਾ ਹੋਣ? ਨਹੀਂ, ਕਿੰਨੀਆਂ ਧਿਰਾਂ ਅਦਾਲਤ ਪਹੁੰਚ ਗਈਆਂ ਸੀ ਨਾ ਜੀ, ਹਾਂ 170 ਦੇ ਕਰੀਬ ਸ਼ਿਕਾਇਤਾਂ ਸੀਗੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜੀ, 170, ਜਿਹਦੇ ਵਿੱਚ ਆਪਾਂ ਪਿਛਲੇ ਦਿਨ ਹੀ ਵਿਚਾਰਦੇ ਰਹੇ ਹਾਂ ਕਿ ਕੁਝ ਤਰ੍ਹਾਂ ਕਹਿੰਦੀਆਂ ਸਮਾਂ ਸਹੀ ਨਹੀਂ ਗਾ ਜੀ, ਹੈ ਚਾਹੇ ਉਹ ਫਸਲ ਕਰਕੇ ਚਾਹੇ ਉਹ ਤਿਉਹਾਰ ਕਰਕੇ, ਕੁਝ ਕਹਿੰਦੀਆਂ ਜੀ ਖੇਡ ਕੀਤੀ ਆ ਵਿਚਾਲੇ ਛੁੱਟੀਆਂ ਆ ਗਈਆਂ, ਕੁਝ ਕਹਿੰਦੇ ਜੀ ਅਫਸਰ ਨਾ ਚੁੱਲ੍ਹਾ ਪਰਚੀ ਦੇ ਰਹੇ ਨੇ ਜੀ, ਨਾ NOC ਦੇ ਰਹੇ ਨੇ ਜੀ, ਨਾ ਲਿਸਟਾਂ ਸਹੀ ਦੇ ਰਹੇ ਨੇ ਜੀ, ਕੁਝ ਕਹਿੰਦੇ ਬਾੜਬੰਦੀ ਅਜਿਹੀ ਹੋਈ ਆ, ਮਤਲਬ ਇੱਕ ਘਰ 'ਚ ਛੱਤ ਥੱਲੇ ਰਹਿੰਦੇ ਆ, ਹੈ ਨਾ? ਇਹ ਤਾਂ ਬਿਲਕੁਲ ਹੋਇਆ ਜਨਾਬ ਏਦਾਂ ਹੀ ਕਿ ਇੱਕ ਘਰ 'ਚ ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਦੀ ਅੱਡੋ ਅੱਡ ਵੋਟ ਹੈ। ਸੋ ਇਹ ਇਸ ਲਈ ਇਹ ਪਿੰਡਾਂ ਦੇ ਵਿੱਚ ਇਹ ਵਰਤਾਰਾ ਖੂਬ ਹੈ ਕਿ ਇੱਕ ਘਰ ਦੇ ਵਿੱਚ ਪਤੀ ਪਤਨੀ ਇੱਕੋ ਘਰ 'ਚ ਰਹਿੰਦੇ ਨੇ ਪਰ ਉਹਦੀ ਵੋਟ ਅੱਡੋ ਅੱਡ ਵਾਰਡ 'ਚ ਹੈ, ਮਾਂ ਪੁੱਤ ਇੱਕ ਘਰ 'ਚ ਰਹਿੰਦੇ ਉਹਦੀ ਵੋਟ ਅੱਡੋ ਅੱਡ ਵਾਰਡ 'ਚ, ਇਹ ਤਾਂ ਬਹੁਤ ਵਾਪਰਿਆ। ਇਹ ਜਿਹੀਆਂ ਸ਼ਿਕਾਇਤਾਂ ਨੇ, ਰਾਖਵਾਂ ਕਰਨ ਨੂੰ ਲੈ ਕੇ ਸ਼ਿਕਾਇਤਾਂ ਨੇ। ਸੋ ਜਿਹੜੀਆਂ 170 ਦੇ ਕਰੀਬ ਸ਼ਿਕਾਇਤਾਂ ਸੀਗੀਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਰੀਆਂ ਇਕੱਠੀਆਂ ਕੀਤੀਆਂ, ਸਾਰੀਆਂ ਇਕੱਠੀਆਂ ਕਰਕੇ ਕਿਹਾ ਵੀ ਇਹ ਸਾਰੀਆਂ ਖਾਰਜ ਨੇ ਜੀ, ਤੇ ਪੰਜਾਬ ਸਰਕਾਰ ਨੂੰ ਹਦਾਇਤ ਹੈ ਕਿ ਸਹੀ ਰੂਪ 'ਚ ਚੋਣ ਕਰਾਵੇ। ਸੋ ਹਾਈ ਕੋਰਟ ਨੇ ਆਪਣਾ ਕੰਮ ਇਹ ਕਹਿ ਕੇ ਨਿਬੇੜਤਾ ਕਿ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਚੋਣਾਂ ਸਹੀ ਕਰਾਵੇ, ਪਰ ਚੋਣਾਂ 15 ਤਰੀਕ ਨੂੰ ਹੋਣਗੀਆਂ, ਨਾਮਜ਼ਦਗੀ ਦੀ ਪ੍ਰਕਿਰਿਆ ਕਾਫੀ ਹੱਦ ਤੱਕ ਹੋ ਗਈ ਹੈ, ਕੰਮ ਚੱਲ ਰਿਹਾ, ਇਸ ਲਈ ਹੁਣ ਛੇੜਨਾ ਸਹੀ ਨਹੀਂ। ਹਾਂ, ਜਿਹੜੀਆਂ ਬੋਲੀ ਵਾਲੀਆਂ ਸ਼ਿਕਾਇਤਾਂ ਸ਼ਕੂਤਾਂ ਆ ਰਹੀਆਂ ਨੇ, 2 ਕਰੋੜ ਦੀ ਲੱਗ ਗਈ, 60 ਲੱਖ ਦੀ ਲੱਗ ਗਈ, 50 ਲੱਖ ਦੀ ਲੱਗ ਗਈ, 2 ਕਿੱਲਿਆਂ ਦੀ ਲੱਗ ਗਈ, ਉਹਨਾਂ ਨੂੰ ਹਦਾਇਤ ਹੈ ਕਿ ਪਹਿਲਾਂ ਚੋਣ ਕਮਿਸ਼ਨ ਕੋਲ ਜਾਓ, ਇਹ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ, ਉਹਦੇ ਪਰ ਨਜ਼ਰਸਾਨੀ ਕਰਨਾ, ਜੇਕਰ ਉੱਥੇ ਕੋਈ ਖੈਰ ਨਹੀਂ ਪੈਂਦੀ ਫਿਰ ਹਾਈ ਕੋਰਟ ਦਾ ਜਾਂ ਅਦਾਲਤ ਦਾ ਰੁੱਖ ਕਰੋ। ਸੋ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ 170 ਸ਼ਿਕਾਇਤਾਂ ਦਾ ਪਟੀਸ਼ਨਾਂ ਦਾ ਇਕੱਠਾ ਨਿਪਟਾਰਾ ਕਰਦਿਆਂ ਉਹਨਾਂ ਨੂੰ ਖਾਰਜ ਕਰਕੇ ਪੰਜਾਬ ਸਰਕਾਰ ਨੂੰ ਇਹ ਕਹਿ ਕੇ ਆਪਣੀ ਫਾਈਲ ਬੰਦ ਕਰਤੀ, ਕੇਸ ਬੰਦ ਕਰਤੇ ਕਿ ਭਾਈ ਸਹੀ ਰੂਪ 'ਚ ਚੋਣਾਂ ਕਰਾਓ। ਹੁਣ ਸਹੀ ਹੋਣਗੀਆਂ ਜਾਂ ਨਹੀਂ ਹੋਣਗੀਆਂ, ਡੰਡੇ ਦੇ ਜ਼ੋਰ 'ਤੇ ਹੋਣਗੀਆਂ ਜਾਂ ਸੱਤਾ ਦੇ ਜ਼ੋਰ 'ਤੇ ਹੋਣਗੀਆਂ। ਅੱਜ ਸਤੋਜ ਪਿੰਡ 'ਚ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਤੁਹਾਡੇ 'ਤੇ ਦਬਾਅ ਬਣਾਉਣ ਨਹੀਂ ਆਇਆ, ਮੈਂ ਤਾਂ ਪਿੰਡ ਦਾ ਆਮ ਨਾਗਰਿਕ ਹਾਂ, ਤੁਸੀਂ ਫੈਸਲਾ ਕਰ ਲਓ ਕਿਹਨੂੰ ਚੁਣਨਾ, ਪਰ ਸਰਪੰਚ ਸਹੀ ਚੁਣਿਓ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਦਾ ਔਰਾ, ਮਤਲਬ ਇੱਥੇ MLA ਦਾ ਭਰਾ ਨਹੀਂ ਮਾਣ, ਪਿੰਡ ਦਾ ਵਰਕਰ ਨਹੀਂ ਮਾਣ, ਸੱਤਾ ਮੁੱਖ ਮੰਤਰੀ ਉੱਤੇ ਗਏ ਹੁਣ ਕਿਵੇਂ ਨੇ ਦਬਾਅ ਹੋਊਗਾ, ਦਬਾਅ ਸਾਰਾ ਕੁਛ ਹੁੰਦਾ, ਉਹ ਦਬਾਅ ਦੇ ਵਿੱਚ ਕਿੰਨਾ ਕੁ ਪੰਚਾਇਤੀ ਚੋਣਾਂ 'ਚ ਅਸਰ ਪੈਂਦਾ ਇਹਦਾ ਇੰਤਜ਼ਾਰ ਕਰਾਂਗੇ, ਪਰ ਵੋਟਾਂ 15 ਤਰੀਕ ਨੂੰ ਪੈਣਗੀਆਂ, ਨਤੀਜੇ ਉਸੇ ਦਿਨ ਆਉਣਗੇ ਜੀ।